ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਇੱਕ ਮੌਕ ਟੈਸਟ ਜਿਹੜਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋਇਆ ਸੀ ਬੇਟਾ ਉਹ ਦਾ ਆਪਾਂ ਮੈਥ ਪੋਰਸ਼ਨ ਆ ਜਿਹੜਾ ਹੱਲ ਕਰਾਂਗੇ ਤੁਹਾਡੇ ਲਈ ਬਹੁਤ ਜਲਦ ਆਪਾਂ ਮੈਂਟਲ ਅਬਿਲਟੀ ਪੋਰਸ਼ਨ ਵੀ ਲੈ ਕੇ ਆਵਾਂਗੇ ਇਹਦੇ ਵਿੱਚ ਬੇਟਾ ਆਪਾਂ ਕੱਲੇ ਤੁਹਾਨੂੰ ਆਨਸਰ ਨਹੀਂ ਦੱਸਾਂਗੇ ਆਪਾਂ ਤੁਹਾਨੂੰ ਹੱਲ ਕਰਾਂਗੇ ਮੀਨਸ ਸੋਲੂਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇਹਦਾ ਉੱਤਰ ਇਹ ਆਉਂਦਾ ਸੀ ਤਾਂ ਕਿਵੇਂ ਆਉਂਦਾ ਸੀ ਠੀਕ ਹੈ ਤਾਂ ਤੁਸੀਂ ਆਪਣੇ ਅੰਕਾਂ ਦਾ ਮਿਲਾਨ ਵੀ ਕਰਨਾ ਤਾਂ ਜਿਹੜੇ ਬੱਚਿਆਂ ਨੇ ਹੱਲ ਕੀਤਾ ਸੀ ਕੀ ਗਲਤੀ ਕੀਤੀ ਜੈਨਾ ਉਹ ਚੰਗੀ ਤਰ੍ਹਾਂ ਚੈੱਕ ਕਰ ਲੈਣਗੇ ਠੀਕ ਹੈ ਬੇਟਾ ਚਲੋ ਸਟਾਰਟ ਕਰਦੇ ਆਪਾਂ ਹਾਂਜੀ ਬੇਟਾ ਤਾਂ ਆਪਣਾ ਪਹਿਲਾ ਕੁਐਸਚਨ ਸੀ ਮੈਥ ਵਿਸ਼ੇ ਦਾ 71 ਇਫ ਦਾ ਪੈਰੀਮੀਟਰ ਆਫ ਸਰਕਲ ਇਜ਼ ਇਕੁਅਲ ਟੂ 댓 ਆਫ ਸਕੁਅਰ ਫਾਈਂਡ ਦਾ ਰੇਸ਼ਿਓ ਆਫ देयर ਏਰੀਆਜ਼ ਜੇਕਰ ਚੱਕਰ ਦਾ ਪਰਿਮਾਪ ਵਰਗ ਦੇ ਪਰਿਮਾਪ ਦੇ ਬਰਾਬਰ ਹੈ ਤਾਂ ਉਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਕੀ ਹੋਏਗਾ ਚਲੋ ਆਪਾਂ ਬਰਾਬਰ ਕਰ ਦਿੰਨੇ ਆ ਚੱਕਰ ਦਾ ਪਰਿਮਾਪ ਵਰਗ ਦੇ ਪਰਿਮਾਪ ਦੇ ਬਰਾਬਰ ਹੈ ਤਾਂ 4a² ਦਾ ਪਰਿਮਾਪ ਹੁੰਦਾ ਹੈ ਚੱਕਰ ਦਾ ਜਿਹੜਾ ਪਰਿਮਾਪ ਜਾਂ ਘੇਰਾ ਸੀ ਬੋਲਦੇ ਆ ਉਹ 2πr ਹੁੰਦਾ ਜੇ ਅਸੀਂ 4 ਨਾਲ ਦੋਨੇ ਪਾਸੇ ਡਿਵਾਈਡ ਕਰ ਦਈਏ ਭਾਗ ਕਰ ਦਈਏ ਤਾਂ 4 ਨਾਲ 4 ਕੱਟਾ ਜਾਊ ਇੱਥੇ ਬਣ ਜਾਊਗਾ 2 ਮਤਲਬ ਜਿਹੜੀ ਭੁਜਾ ਬਣੂਗੀ ਵਰਗ ਦੀ ਉਹ ਬਣੂਗੀ πr 2 ਠੀਕ ਹੈ ਹੁਣ ਆਪਾਂ ਕੱਢਣਾ ਖੇਤਰਫਲਾਂ ਦਾ ਅਨੁਪਾਤ ਤਾਂ ਜਿਹੜਾ ਖੇਤਰਫਲਾਂ ਦਾ ਅਨੁਪਾਤ ਸਾਡਾ ਨਿਕਲੂ ਉਹ ਕਿ ਨਿਕਲੂ ਚੱਕਰ ਦਾ ਖੇਤਰਫਲ ਉੱਪਰ ਲੈਣਾ ਵੇ ਪਾਈ ਆਰ ਦੀ 2 ਤੇ ਵਰਗ ਦਾ ਖੇਤਰਫਲ ਭੁਜਾ ਦੀ ਦੋ ਭੁਜਾ ਗੁਣਾ ਭੁਜਾ ਠੀਕ ਹੈ ਪਾਈ ਆਰ ਦੀ ਦੋ ਨੂੰ ਆਪਾਂ ਨਹੀਂ ਛਡਾਂਗੇ ਕਿਉਂਕਿ ਆਪਾਂ ਵਰਗ ਦੀ ਜਿਹੜੀ ਭੁਜਾ ਉਸ ਨੂੰ ਪਾਈ ਆਰ ਚ ਕੱਢਿਆ ਤਾਂ ਪਾਈ ਆਰ ਦੀ ਦੋ ਦਾ ਸਕੁਅਰ ਮਤਲਬ ਪਾਈ ਦਾ ਸਕੁਅਰ ਆਰ ਦਾ ਸਕੁਅਰ ਜਿਹੜਾ ਦੋ ਸੀ ਬੇਟਾ ਉਹ ਉੱਪਰ ਚਲਾ ਜਾਊਗਾ ਉਹਦਾ ਸਕੁਅਰ ਹੋ ਜਾਊਗਾ ਕਿੰਨਾ ਬਣ ਜਾਊਗਾ 4 ਤਾਂ ਜਿਹੜਾ ਸਕੁਅਰ ਸੀ ਉਹਦੇ ਨਾਲ ਪਾਈ ਕੈਨਸਲ ਹੋ ਜੂ ਆਰ ਦੀ 2 ਨਾਲ ਆਰ ਕੈਨਸਲ ਹੋ ਜੂ ਠੀਕ ਹੈ ਤਾਂ ਆਪਣੇ ਕੋਲੇ ਜਿਹੜਾ ਬਚੂਗਾ ਕਟਕਟਾ ਕੇ ਉਹ ਬਚੂਗਾ 4 ਵਟਾ ਪਾਈ 4 ਪਾਈ ਦਾ ਮੁੱਲ ਭਰ ਦਾਂਗੇ ਵਾਈ ਵਟਾ 7 7 ਉੱਪਰ ਚੱਲਿਆ ਜਾਊਗਾ 2 ਦੇ ਬਾੜੇ ਤੇ ਕੱਟ ਦਈਏ 2 ਦੁਨੀ 4 11 ਦੁਨੀ 22 ਤਾਂ ਆਪਣੇ ਕੋਲੇ ਸਾਧੂਣੀ 14 ਵਟਾ 11 ਬਣ ਗਿਆ 14 ਵਟਾ 11 ਬਣ ਗਿਆ ਮਤਲਬ 14 ਅਨੁਪਾਤ 11 ਇਹਦਾ ਉੱਤਰ ਆਉਣਾ ਸੀ ਵੀ ਆਪਸ਼ਨ ਠੀਕ ਹੈ जे एफ एक्स 1045 टैन 30 cos 30 टैन 30 ਦੇ ਇਕਲੋਵੇ ਤਾਂ x ਕਿੰਨਾ ਹੋਊਗਾ ਚਲੋ ਭਰ ਦਿੰਨੇ ਆਪਾਂ ਇਹਦਾ ਮੁੱਲ x टैन 45 ਜਿਹੜਾ 1 ਹੁੰਦਾ ਹੈ sin 30 ਆ ਜਿਹੜਾ ਉਹ 1/2 ਹੁੰਦਾ ਹੈ cos 30 ਵਰਗਮੂਲ 3/2 ਹੁੰਦਾ ਹੈ टैन 30 1/√3 ਹੁੰਦਾ ਹੈ ਤਾਂ ਵਰਗਮੂਲ 3 ਨਾਲ ਵਰਗ ਨੂੰ 3 ਕੈਨਸਲ ਹੋ ਜੂ ਇਧਰ x 1/2 ਬਣ ਗਿਆ ਉਧਰ ਵੀ 1/2 ਹੈ ਉਧਰ ਜਾ ਕੇ ਭਾਗ ਚ ਹੋ ਜੂ ਜਾਂ ਕੇ ਕਾਲੀ ਇਹ ਉਲਟਾ ਕੇ ਗੁਣਾ ਚ ਹੋ ਜੂ ਤਾਂ ਕੈਨਸਲ ਹੋ ਜਾਣਗੇ ਤਾਂ x ਆਪਣੇ ਕੋਲ ਕਿੰਨਾ ਆ ਜੂਗਾ 1 ਆ ਜੂਗਾ ਵੀ ਤਾਂ ਇਹਦੇ ਲਈ ਆਪਣੀ ਟੀ ਆਪਸ਼ਨ ਸਹੀ ਬਣਨੀ ਸੀ x 1 ਹਲਾ ਸੀ ਠੀਕ ਹੈ ਜੇ cos a sin a ਦੇ ਬਰਾਬਰ ਹੋਵੇ cos 9a sin a ਦੇ ਬਰਾਬਰ ਹੋਵੇ ਜਿਹੜਾ 9a ਆ ਉਹ less than 90 ਹੋਵੇ ਤਾਂ tan 5a ਕਿੰਨਾ ਹੋਊਗਾ ਠੀਕ ਹੈ ਚਲੋ ਤਾਂ ਆਪਾਂ ਇੱਕ ਫਾਰਮੂਲਾ ਪਹਿਲਾਂ ਪੜ੍ਹਦੇ ਹਾਂ sin 90 θ cos θ ਹੁੰਦਾ ਤੇ cos 90 θ ਜਿਹੜਾ ਉਹ sin θ ਹੁੰਦਾ ਹੈ ਠੀਕ ਹੈ ਇਹ ਆਪਾਂ ਨੇ ਪੜਿਆ ਤਾਂ cos 9a ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ sin 90 9a ਲਿਖ ਸਕਦੇ ਹਾਂ ਠੀਕ ਹੈ ਤਾਂ ਇੱਧਰ ਆਪਣੇ ਕੋਲੇ ਕੀ ਆ ਬਰਾਬਰ ਆਪਣੇ ਕੋਲ ਬਰਾਬਰ ਹੈਗਾ sin a ਤਾਂ ਦੋਨੇ ਪਾਸੇ sin a ਹੈ ਤਾਂ sin ਤਾਂ sin ਨਾਲ sin ਕੈਨਸਲ ਕਰ ਲਈ ਆਪਾਂ 90 9a a ਜਿਹੜਾ 9a ਹੈ 9a ਹੈ ਬਟਾ ਉਧਰ ਜਾ ਕੇ ਕੀ ਹੋ ਜਾਊਗਾ ਪਲੱਸ ਤਾਂ a 9a ਮਤਲਬ 10a ਠੀਕ ਹੈ ਜਿਹੜਾ 10 ਹੈ ਉਹ ਇਧਰਲੇ ਪਾਸੇ ਆ ਕੇ ਕੀ ਹੋ ਜਾਊਗਾ ਭਾਗਜ ਯਾਨੀ ਕਿ a ਹੈ ਜਿਹੜਾ ਉਹ 90 10 ਯਾਨੀ ਕਿ ਕਿੰਨਾ ਆ ਜਾਊਗਾ a 9 ਆ ਜਾਊਗਾ ਤਾਂ a ਆ ਜਾਊਗਾ 9 ਤਾਂ 5a ਕਿੰਨਾ ਆ ਜਾਊਗਾ ਠੀਕ ਹੈ 45 ਠੀਕ ਹੈ 5a ਕਿੰਨਾ ਆ ਜਾਊਗਾ 45 ਤਾਂ ਮਤਲਬ ਆਪਾਂ tan 45 ਦੇਖਣਾ ਵੀ tan 45 ਕਿੰਨਾ ਹੁੰਦਾ 1 ਤਾਂ ਆਪਣੀ b ਆਪਸ਼ਨ ਇਹਦੇ ਵਿੱਚ ਸਹੀ ਆ ਜੀ find the value of p for which the points are collinear ਠੀਕ ਹੈ ਤਾਂ ਇੱਥੇ ਆਪਾਂ ਨਿਰਦੇਸ਼ ਅੰਕ ਜਮਾਈਤੀ ਦੇ ਵਿੱਚ ਤ੍ਰਿਪੋਜ ਦਾ ਖੇਤਰਫਲ ਕੱਢਣ ਲਈ ਆਪਣੇ ਕੋਲ ਫਾਰਮੂਲਾ ਹੁੰਦਾ ਉਹ ਆਪਾਂ ਲਾਵਾਂਗੇ ਬਰਾਬਰ 0 ਕੱਢ ਦਾਂਗੇ ਕਿਉਂਕਿ ਜੇ ਬਿੰਦੂ ਸਾਂਭ ਰੱਖੀ ਨੇ ਤਾਂ ਇਹਨਾਂ ਤੋਂ 1 ਵਾਲੀ ਤ੍ਰਿਪੋਜ ਆ ਜਿਹੜੀ ਉਸ ਦਾ ਖੇਤਰਫਲ ਕੀ ਹੋਊਗਾ 0 ਹੋਊਗਾ ਠੀਕ ਹੈ ਤਾਂ ਆਪਾਂ ਉਸ ਤਰੀਕੇ ਨਾਲ ਆਪਾਂ ਹੱਲ ਕਰ ਲਾਂਗੇ 1/2 x ਪਹਿਲਾਂ ਜਿਵੇਂ x1 ਆਊਗਾ ਠੀਕ ਹੈ x1 ਤਾਂ ਆਪਣੇ ਕੋਲੇ ਆਜੂ y2 y3 ਜੇ ਆਪਾਂ x2 ਲਿਖ ਰਹੇ ਹਾਂ ਤਾਂ ਫਿਰ ਆਪਣੇ ਕੋਲੇ ਆਜੂਗਾ y3 y1 ਜੇ ਆਪਾਂ ਲਿਖ ਰਹੇ ਹਾਂ x3 ਤਾਂ ਆਪਣੇ ਕੋਲੇ ਆਜੂਗਾ y1 y2 ਹੁਣ ਆਪਾਂ ਇਹਦੇ ਵਿੱਚ ਵੈਲਿਊ ਪੁੱਟ ਕਰਨੀ ਹੈ ਬਰਾਬਰ ਇਹਨੂੰ ਕਰ ਦਾਂਗੇ ਆਪਾਂ 0 ਦੇ ਚਲੋ 1/2 ਆ ਜਿਹੜਾ ਉਧਰ ਜਾ ਕੇ 0 ਹੀ ਹੋ ਜੂ ਤਾਂ ਇਹਨੂੰ ਤਾਂ ਆਪਾਂ ਕੈਨਸਲ ਹੀ ਕਰ ਦਿੰਨੇ ਆ x1 ਜਿਹੜਾ ਪਹਿਲਾ ਪੁਆਇੰਟ ਹੈ ਉਹਦਾ x ਵਾਲਾ ਬਿੰਦੂ ਜਾਨੀ ਕਿ x1 ਯਾਨੀ ਕਿ -5 y2 y3 ਤਾਂ ਇਹ ਬਣ ਜੂਗਾ p ਹੋ ਜੂ ਮਤਲਬ p 2 ਹੋ ਜੂਗਾ ਵੀ ਠੀਕ ਹੈ ਇੱਥੇ -2 ਹੈ ਨਾ ਆਸਟ ਦੇ ਵਿੱਚ ਅਗੇ x2 x2 ਆ ਜਿਹੜਾ ਸਾਡੇ ਕੋਲ 1 ਹੈ y3 y3 ਆ ਜਿਹੜਾ ਉਹ -2 ਹੈ ਉਹਦੇ ਵਿੱਚੋਂ ਆਪਾਂ ਇੱਕ ਆ ਜਿਹੜਾ ਉਹ ਮਾਈਨਸ ਕਰਨਾ ਹੈ ਉਸ ਤੋਂ ਬਾਅਦ x3 x3 ਆ ਜਿਹੜਾ ਉਹ 4 ਹੈ y1 y1 ਜਿਹੜਾ ਉਹ ਆਪਣੇ ਕੋਲ 1 ਹੈ ਤੇ y2 ਆ ਜਿਹੜਾ ਉਹ ਆਪਣੇ ਕੋਲ p ਹੈ ਬਰਾਬਰ 0 ਤੁਹਾਨੂੰ ਆਪਾਂ ਹੱਲ ਕਰਦਾਂਗੇ ਅੰਦਰ ਗੁਣਾ ਕਰਦਾਂਗੇ -5p ਦਾ 5 2 10 ਇਹ ਬਣ ਜੂਗਾ -3 ਨੂੰ -3 ਨੂੰ ਇੱਕ ਨਾਲ ਗੁਣਾ ਕਰਾਂਗੇ -3 ਹੀ ਰਹਿ ਜੂਗਾ 4 1 4 ਦਾ 4p ਤਾਂ ਦੇ 4 ਦਾ 4p 0 5p ਤੇ 4p ਦਾ 9p ਬਣ ਜੂਗਾ ਇਹਨਾਂ ਨੂੰ ਹੱਲ ਕਰਾਂਗੇ ਆਪਾਂ ਮਾਈਨਸ ਦੇ -2 ਦੇ ਮਾਈਨਸ ਦੇ 13 ਪਲੱਸ ਦੇ 4 ਤਾਂ ਮਾਈਨਸ ਦੇ 13 ਪਲੱਸ ਦੇ 4 ਮਾਈਨਸ ਦਾ 9 ਬਣ ਜੂਗਾ ਠੀਕ ਹੈ ਮਾਈਨਸ ਦਾ 9 ਪੀ -9 0 ਤਾਂ ਪੀ ਆਨ ਮਾਈਨਸ ਦਾ 9 ਆ ਜਿਹੜਾ ਉਧਰ ਜਾ ਕੇ ਪਲੱਸ ਦਾ ਹੋ ਜੂ 9 -9 ਹੋ ਜੂ ਠੀਕ ਹੈ ਪਹਿਲਾਂ ਆਹ ਜਿਹੜਾ ਇਧਰਲਾ 9 ਆ ਬਟਾ ਇਹ ਉਧਰ ਜਾ ਕੇ ਪਲੱਸ ਦਾ ਹੋ ਜੂਗਾ ਮਾਈਨਸ ਦਾ ਫਿਰ ਜਿਹੜਾ ਮਾਈਨਸ ਦਾ 9 ਇਧਰ ਗੁਣਾ ਚੌਥੇ ਜੱਕ ਭਾਗ ਚ ਹੋ ਜੂ ਤਾਂ 9 ਨੂੰ -9 ਨਾਲ ਭਾਗ ਕਰ ਦਾਂਗੇ ਕਿੰਨਾ ਆ ਜੂਗਾ ਪੀ ਸਾਡੇ ਕੋਲ ਮਾਈਨਸ 1/2 ਠੀਕ ਹੈ ਪੀ ਸਾਡੇ ਕੋਲ ਕਿਨ ਆਜੂ ਮਾਈਨਸ 1 ਦਾ ਡਿਸਟੈਂਸ ਬਿਟਵੀਨ ਦਾ ਪੁਆਇੰਟਸ ਇਹਨਾਂ ਵਿਚਕਾਰ ਦੀ ਦੂਰੀ ਦੱਸਣੀ ਆ ਤਾਂ ਸਿੰਪਲੀ ਸੀ x2 x1² y2 y1² ਚਾਰ ਦੇ ਵਿੱਚੋਂ ਇੱਕ ਘਟਾ ਦਾਂਗੇ 3 ਦਾ ਸਕੁਅਰ ਆਜੂ 0 ਦੇ ਵਿੱਚੋਂ ਮਾਈਨਸ 4 ਘਟਾ ਦਾਂਗੇ ਜਾਂ 0 ਦੇ ਵਿੱਚੋਂ 4 ਘਟ ਕੇ 4 ਹੀ ਆਜੂਗਾ 4² ਆਜੂ ਤਾਂ 3 ਦਾ ਸਕੁਅਰ 9 4 ਦਾ ਸਕੁਅਰ 16 16 ਤੇ 9 25 25 ਦਾ ਵਰਗ ਨੂੰ ਕੱਢਾਂਗੇ 5 1 ਆਇਆਂ ਠੀਕ ਹੈ ਪੰਜ ਬੀ ਆਪਸ਼ਨ ਆ ਜੂਗੀ 10 ਵਨ ਅੱਗੇ ਇਨ ਦਾ ਫਿਗਰ ਏ ਡੀ ਦਿੱਤਾ ਹੈ ਬੀ ਡੀ ਦਿੱਤਾ ਸੀ ਵੀ ਦਿੱਤਾ ਵੈਲਿਊ ਆਫ 10 ਸੀ ਚਲੋ ਇੱਕ ਸਮਕੋਣ ਤ੍ਰਿਭੁਜ ਹੈ ਵੀ ਜਿਹੜੀ ਇਹ ਵਾਲੀ ਤ੍ਰਿਭੁਜ ਹੈ ਸਮਕੋਣ ਤ੍ਰਿਭੁਜ ਹੈ ਇਹਦੇ ਵਿੱਚ ਆਪਾਂ ਕਰਨ ਪਤਾ ਕਰਨਾ ਹੈ 90 ਡਿਗਰੀ ਸਾਹਮਣੇ ਵਾਲੀ ਪੂਜਾ ਤਾਂ 3 ਦਾ ਵਰਗ 4 ਦਾ ਵਰਗ ਠੀਕ ਹੈ ਉਹਦਾ ਵਰਗਮੂਲ ਕਰਨ ਜਿਹੜਾ ਆਪਣੇ ਕੋਲੇ ਇੱਥੇ ਹੈਗਾ ਏ ਬੀ ਠੀਕ ਹੈ ਏ ਬੀ ਜਿਹੜਾ ਕਰਨ ਹੈ ਉਹ ਕਿਵੇਂ ਨਿਕਲੂਗਾ ਬਰਗਮੂਲ 3 ਦਾ ਵਰਗ ਪਲੱਸ 4 ਦਾ ਵਰਗ 3 ਦਾ ਵਰਗ 9 4 ਦਾ ਵਰਗ 16 ਵਰਗਮੂਲ ਕਰ ਲਾਂਗੇ 16 ਤੇ 9 25 ਮਤਲਬ ਇਹ ਕਨ ਆ ਜੂਗਾ 5 a b ਆ ਜਿਹੜਾ ਉਹ 5 ਆ ਜੂਗਾ ਤਾਂ θ ਜੇ c ਹੈ ਤਾਂ ਉਹਦੇ ਹਿਸਾਬ ਨਾਲ ਜਿਹੜਾ ਪਰਪੈਂਡੀਕੂਲਰ ਬਣੂਗਾ ਲੰਬ ਬਣੂਗਾ ਉਹ ਕੀ ਬਣੂਗਾ 5 ਬਣੂਗਾ ਤਾਂ ਆਪਾਂ tan c ਪਤਾ ਕਰਨਾ ਹੈ ਉਹ ਹੁੰਦਾ ਲੰਬ ਵਟਾ ਆਧਾਰ ਪਰਪੈਂਡੀਕੂਲਰ ਅਪਨ ਬੀਸ ਜਾਨੀ ਕਿ 5 ਵਟਾ 12 ਆਧਾਰ ਕਿੰਨਾ 12 ਤਾਂ 5 ਵਟਾ 12 ਉੱਤਰ ਆ ਜੂਗਾ ਠੀਕ ਹੈ ਸਿੰਪਲ ਸੀ ਇਹ ਵੀ which of the following is correct value ਇਹਦੇ ਲਈ ਕਰੈਕਟ ਵੈਲਿਊ ਕਿਉਂ ਇਹ ਵੀ ਆਪਣੇ ਕੋਲ ਇਹ 90 θ ਵਾਲਾ ਫਾਰਮੂਲਾ ਲੱਗਣਾ ਟ੍ਰਿਗਨੋਮੈਟਰੀ ਦਾ cot 90 θ ਜਿਹੜਾ ਉਹ tan θ ਹੁੰਦਾ ਹੈ ਜਿਵੇਂ ਅਸੀਂ ਕਹ ਲਈਏ tan 90 θ cot θ ਹੁੰਦਾ ਠੀਕ ਹੈ ਤਾਂ ਆਪਣੇ ਕੋਲ ਪਹਿਲਾਂ ਆਪ ਵੈਲਿਊ ਲਿਖ ਲੈਣੇ ਸਾਰਿਆਂ ਦੀ cot 10 cot v cot 60 cot सैवनटी कोट ए तो जेड दस है इनू आप लिख सकते हैं टैन टैन एटी लिख सॉड ट्वेंटी लिख स टैन सैवनटी कोड सिक्सटी आप नहीं बदलों कोट सैवनटी कोट ए ਹੁਣ ਕੋਟ ਤੇ ਟੈਨ ਆ ਜਿਹੜੇ ਉਹ ਆਪਾਂ ਨੂੰ ਪਤਾ ਵੀ ਇੱਕ ਦੂਜੇ ਦੇ ਉਲਟ ਹੁੰਦੇ ਨੇ ਮਤਲਬ ਟੈਨ θ 1/√cot θ ਹੁੰਦਾ ਜੇ ਆਪਾਂ ਉਸ ਅਕੋਰਡਿੰਗ ਕਰੀਏ ਤਾਂ ਇਕੱਠੇ ਜਾਣਗੇ ਠੀਕ ਹੈ ਟੈਨ ਨਾਲ ਕੋਟ ਕੱਟਾ ਜਾਊ ਮਤਲਬ ਆਪਣੇ ਕੋਲ ਕੀ ਬਾਜੂ ਕੋਲਮ ਲਾ ਕੇ ਕੋਟ 60 ਕੋਟ 60° ਆਪਾਂ ਨੂੰ ਪਤਾ ਟੈਨ 60 ਆ ਜਿਹੜਾ ਉਹ √3 ਹੁੰਦਾ ਤਾਂ ਕੋਟ 60 ਆ ਜਿਹੜਾ ਉਹ ਇਸ ਦਾ ਉਲਟ ਹੁੰਦਾ 1/√3 ਹੋ ਜਾਊਗਾ ਠੀਕ ਹੈ ਕਿੰਨਾ ਹੋ ਜਾਊ ਵੀ 1/√ ਤਿੰਨ ਪਹਿਲੀ অপਸ਼ਨ ਨੈਕਸਟ ਅ ਟੈਂਜੈਂਟ ਇਜ਼ ਡ੍ਰੋਨ ਫਰਮ ਅ ਪੁਆਇੰਟ ਐਟ ਅ ਡਿਸਟੈਂਸ 7 ਸੈਂਟੀਮੀਟਰ ਫਰਮ ਅ ਸਰਕਲ ਆਫ ਰੇਡੀਅਸ 8 ਸੈਂਟੀਮੀਟਰ ਤਾਂ ਇੱਕ ਸਰਕਲ ਹੈ ਉਹਦੇ ਸੈਂਟਰ ਤੋਂ ਇੱਕ ਬਿੰਦੂ 17 ਸੈਂਟੀਮੀਟਰ ਦੂਰ ਹੈ ਉਸ ਦਾ ਜਿਹੜਾ ਅਰਧ ਵਿਆਸ 8 ਹੈ ਇੱਥੇ 90 ਡਿਗਰੀ ਦਾ ਕੋਣ ਬਣਦਾ ਤਾਂ ਆਪਾਂ ਨੇ ਉਹ ਲੈ ਲਓ A ਆਪਾਂ ਨੇ AP ਪਤਾ ਕਰਨੀ ਹੈ ਠੀਕ ਹੈ AP ਕੀ ਹੋਊਗੀ ਵੀ ਇਸ ਸਮਕੋਣ ਤਿਰਪੁਜ ਦੇ ਵਿੱਚ ਆਪਾਂ ਬੇਸ ਲਾ ਲਈਏ ਵੀ ਇਹ ਬੇਸ ਹੈ ਠੀਕ ਹੈ ਤਾਂ ਬੇਸ ਅਕੋਰਡਿੰਗ ਆਪਾਂ ਬੇਸ ਕੱਢਣਾ ਆਪਣੇ ਕੋਲ ਹਾਈਪੋਟਨਿਊਸ ਤੇ ਪਰਪੈਂਡੀਕੂਲਰ ਦਿੱਤੇ ਹੋਏ ਨੇ ਤਾਂ ਕੀ ਨਿਕਲੂਗਾ ਵੀ 17 ਦੇ ਵਰਗ ਦੇ ਵਿੱਚੋਂ 8 ਦਾ ਵਰਗ ਘਟਾ ਕੇ ਉਸ ਦਾ ਵਰਗਮੂਲ ਕਰ ਦਾਂਗੇ ਸਿੰਪਲ ਹੈ ਸਾਨੂੰ ਪਤਾ ਪਾਈਥਾਗੋਰਸ ਥੀਰਮ 17 ਦਾ ਵਰਗ 289 ਹੁੰਦਾ 8 ਦਾ ਵਰਗ 64 ਹੁੰਦਾ 289 ਦੇ ਵਿੱਚੋਂ ਜੇ ਅਸੀਂ 64 ਬਾਹਰ ਕੱਢ ਦਈਏ ਤਾਂ ਸਾਡੇ ਕੋਲ ਬਚ ਜਾਊਗਾ 225 225 ਆ ਜਿਹੜਾ ਉਹ ਕਿਸ ਦਾ ਵਰਗ ਹੁੰਦਾ ਵੀ 15 ਦਾ ਤਾਂ ਸਾਡੇ ਕੋਲ 15 ਸੈਂਟੀਮੀਟਰ ਆ ਜਿਹੜਾ ਹੋ ਆਨਸਰ ਆਜੂ ਠੀਕ ਹੈ ਅੱਗੇ ਹੈ CP ਤੇ CQ ਟੈਂਜੈਂਟ ਨੇ ਵੀ AR ਵੀ ਅਨਦਰ ਟੈਂਜੈਂਟ ਟੱਚਿੰਗ ਦਾ ਸਰਕਲ ਐਟ ਪੁਆਇੰਟ RC P 11 ਹੈ BC ਆਪਾਂ ਦਿੱਤਾ ਲੈਂਥ ਆਫ BR BR ਦੀ ਲੰਬਾਈ ਆਪਾਂ ਦੱਸਣੀ ਹੈ ਦੇਖੋ ਵੀ C ਐਕਸਟਰਨਲ ਪੁਆਇੰਟ ਆ ਵਾਰੀ ਬਿੰਦੂ ਹੈ CP ਆ ਜਿਹੜਾ ਉਹ ਆਪਾਂ ਨੂੰ 11 ਦਿੱਤਾ ਹੋਇਆ ਠੀਕ ਹੈ ਜੇ CP 11 ਤਾਂ CQ ਵੀ ਕਿੰਨਾ ਹੈ 11 ਆ ਕਿਉਂਕਿ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ स्पर्ਸ਼ਲ ਖਾਮਾਂ ਦੀਆਂ ਲੰਮਾਈਆਂ ਬਰਾਬਰ ਹੁੰਦੀਆਂ ਤਾਂ ਸੀ ਕਿਉਂ ਆਪਣੇ ਕੋਲ ਕਿੰਨਾ ਦਿੱਤਾ ਹੋਇਆ 11 ਠੀਕ ਹੈ ਉਸ ਤੋਂ ਬਾਅਦ BC ਜਿਹੜੇ ਉਹ ਕਹਿੰਦੇ 6 ਆ ਜੇ BC 6 ਆ ਵੀ ਕਿਉਂ ਵੀ ਆ ਜਿਹੜਾ ਉਹ 5 ਹੋਊ ਕਿਉਂਕਿ ਇਹਨਾਂ ਦੋਹਾਂ ਦਾ ਜੋੜਾ ਜਿਹੜਾ 11 ਬੰਦਾ ਉਸ ਤੋਂ ਬਾਅਦ ਕਿਉਂ ਵੀ ਕਿੰਨਾ ਕੱਢ ਲਿਆ ਆਪਾਂ 5 ਜੇ ਕਿਉਂ ਵੀ ਬਣ ਜਾ ਤਾਂ BR ਵੀ ਬਣ ਜਾਊਗਾ ਵੀ ਜਿਹੜਾ ਆਪਾਂ ਪਤਾ ਕਰਨਾ ਕਿੰਨਾ ਹੋਊਗਾ 5 ਕਿਉਂ ਕਿਉਂਕਿ BE ਦੇ ਲਈ ਕੀ ਹੋ ਗਿਆ ਬਾਹਰੀ ਬਿੰਦੂ ਤਾਂ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ स्पर्ਸ਼ਲ ਖਾਮਾਂ ਦੀਆਂ ਲੰਮਾਈਆਂ ਬਰਾਬਰ ਹੁੰਦੀਆਂ ਤਾਂ br guna huga 5 cm ਅੱਗੇ ਜੇ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਇਕੁਅਲ ਟੂ 5 ਦਨ ਫਾਈਂਡ ਦਾ ਵੈਲਿਊ ਆਫ x ਕੀ ਕਰਾਂਗੇ ਦੂਰੀ ਸੂਤਰ ਆਪਾਂ ਲਾ ਕੇ ਬਰਾਬਰ 5 ਦੇ ਵਰਗ ਦੇ ਬਰਾਬਰ ਰੱਖ ਦਾਂਗੇ ਕਿਉਂਕਿ ਦੂਰੀ ਆਪਾਂ ਨੂੰ 5 ਦਿੱਤੀ ਹੋਈ ਚਲੋ x2 x1² 1 ਦੇ ਵਿੱਚੋਂ -2 ਕਰ ਦਾਂਗੇ ਤਾਂ -3² ਬਣ ਜਾਊਗਾ ਬਸਦਾ ਹੀ ਲੱਗ ਰਿਹਾ ਮੈਨੂੰ ਬੱਤ ਉਸ ਤੋਂ ਬਾਅਦ x ਦੇ ਵਿੱਚੋਂ -2 ਕੱਢਾਂਗੇ ਤਾਂ ਜੁੜ ਜਾਊਗਾ ਮਾਈਨਸ ਮਾਈਨਸ ਪਲੱਸ ਹੋ ਜਾਊ x 2² ਇਹ ਆਪਾਂ ਨੂੰ 5 ਦਿੱਤਾ ਹੋਇਆ ਤਾਂ ਦੋਨੇ ਪਾਸੇ ਆਪਾਂ ਵਰਗ ਕਰ ਦਾਂਗੇ ਤਾਂ ਇਧਰਲੇ ਪਾਸੇ ਜਿਹੜਾ ਵਰਗਮੂਲ ਆ ਉਹ ਕੈਨਸਲ ਹੋ ਜਾਊਗਾ ਤਾਂ -3 ਦਾ ਵਰਗ ਕਰਾਂਗੇ 9 ਤਾਂ x 2 ਦਾ ਵਰਗ 5 ਦਾ ਵਰਗ ਹੋ ਜਾਊ ਕਿਉਂਕਿ ਇਧਰੋਂ ਵਰਗਮੂਲ ਕੈਨਸਲ ਹੋ ਗਿਆ ਵੀ 25 ਹੋ ਜਾਊ ਆ 9 ਆ ਜਿਹੜਾ ਉਧਰ ਜਾ ਕੇ ਮਾਈਨਸ ਦਾ ਹੋ ਜਾਊ x 2 ਦਾ ਵਰਗਾ ਜਿਹੜਾ ਉਹ 25 9 25 ਚੋਂ 9 ਘਟਾਵਾਂਗੇ 16 x+2 ਦਾ ਜਿਹੜਾ ਵਰਗ ਹੈ ਉਹ ਬਰਾਬਰ ਹੋ ਗਿਆ 16 ਕੀ ਦਾ ਵਰਗ ਹੈ ਵੀ 4 ਦੇ 4 ਦਾ ਵਰਗ x+2 ਦਾ ਵਰਗ ਬਰਾਬਰ 4 ਦਾ ਵਰਗ ਇਟ ਮੀਨਸ x+2 ਆ ਜਿਹੜਾ ਉਹ ਬਰਾਬਰ 4 ਆ ਤਾਂ x ਕਿੰਨਾ ਹੋ ਜਾਊਗਾ ਵੀ 4 2 ਜਿਹੜਾ ਇਧਰ ਪਲੱਸ ਦਾ 2 ਉਧਰ ਜਾ ਕੇ ਮਾਈਨਸ ਦਾ ਹੋ ਜਾਊ 4 ਚੋਂ 2 ਘਟਾਵਾਂਗੇ 2 ਹੋ ਜਾਊਗਾ ਮਤਲਬ ਜਿਹੜਾ x ਸਾਡਾ ਉਹ ਕਿੰਨਾ ਆਊਗਾ ਪਹਿਲੀ ਆਪਸ਼ਨ ਆ ਜਾਊਗਾ 2 ਠੀਕ ਹੈ ਜੇ ਉਹ p/3 4 ਮਿਡਪੁਆਇੰਟ ਹੋ ਗਿਆ p ਅਤੇ q ਦਾ ਤਾਂ p ਦੀ ਵੈਲਿਊ ਕਿੰਨੀ ਆ ਚਲੋ ਆਪਾਂ ਦੇਖ ਲੈਂਦੇ ਆ ਵੀ ਇੱਥੇ ਪੁਆਇੰਟ o ਹੈ ਇੱਥੇ p ਹੈ ਤੇ ਇੱਥੇ q ਹੈ ਠੀਕ ਹੈ ਇਹ ਹੈਗਾ ਪੁਆਇੰਟ p/3 4 ਜਿਹੜੇ ਦੂਸਰੇ ਪੁਆਇੰਟ ਨੇ ਇੱਕ ਪੁਆਇੰਟ ਆ ਗਿਆ ਆਪਣੇ ਕੋਲ -6 5 ਇੱਕ ਆ ਗਿਆ -2 3 ਤਾਂ ਆਪਾਂ ਨੂੰ ਪਤਾ ਮਿਡ ਪੁਆਇੰਟ ਜਿਹੜਾ ਮੱਧ ਬਿੰਦੂ ਆ ਕਵੇਂ ਨਿਕਲਦਾ ਵੀ ਐਕਸ ਦੋਨੇ ਐਕਸ ਵਾਲਾ ਜੋੜ ਕਰਕੇ ਦੋਨਾਂ ਭਾਗ ਕਰਕੇ ਐਕਸ ਵਾਲਾ ਬਿੰਦੂ ਨਿਕਲਦਾ ਦੋਨੇ ਵਾਈ ਵਾਲਾ ਦਾ ਜੋੜ ਕਰਕੇ ਦੋਨਾਂ ਭਾਗ ਕਰਕੇ ਵਾਈ ਵਾਲਾ ਬਿੰਦੂ ਨਿਕਲਦਾ ਐਕਸ ਵਾਲਾ ਬਿੰਦੂ ਤਾਂ ਦੇਖੋ ਵਾਈ ਵਾਲਾ ਤਾਂ ਨਿਕਲਿਆ ਪਿਆ 5 ਤੇ 3 8 8 ਦਾ ਜੋੜ ਕਰ 8 ਆ ਗਿਆ 8 ਨੂੰ ਦੋਨਾਂ ਭਾਗ ਕਰਦਾਂਗੇ 4 ਆ ਜੂ ਉਹ ਆਇਆ ਪਿਆ ਅਹੀਂ ਆਪਾਂ ਇੱਧਰ ਕਰਨਾ ਤਾਂ -6 -2 ਦੋਨਾਂ ਦਾ ਜੋੜ ਦੋਨਾਂ ਭਾਗ ਮਤਲਬ -8 2 ਕਿੰਨਾ ਆ ਗਿਆ -4 -4 ਆ ਜਿਹੜਾ ਉਹ ਕਿਹਦੇ ਬਰਾਬਰ ਦਿੱਤਾ ਹੋਇਆ ਆਪਾਂ ਨੂੰ p 3 ਦੇ ਠੀਕ ਹੈ ਤਾਂ 3 ਜਿਹੜਾ ਉਹਦੇ ਜਾ ਕੇ ਗੁਣਾ ਚ ਹੋ ਜਾਊਗਾ -4 3 ਮਤਲਬ ਕਿੰਨਾ ਹੋ ਜਾਊਗੀ -12 ਠੀਕ ਹੈ ਤਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਆ ਜੂਗੀ ਉਹ ਬੀ ਆਪਸ਼ਨ ਆ ਜੂ -12 ਅੱਗੇ ਵੀ ਇਸ ਇਕੁਏਸ਼ਨ ਦਾ ਇੱਕ ਸਿਫਰ ਜਿਹੜਾ ਆਪਾਂ ਨੂੰ 4 ਦਿੱਤਾ ਹੋਇਆ ਹੈ ਅਗਲੀ ਸਮੀਕਰਨ ਜਿਹੜੇ ਉਸਦੇ ਮੂਲ ਬਰਾਬਰ ਹੋਣ ਤਾਂ q ਕਿੰਨਾ ਹੋਊਗਾ ਚਲੋ ਇਹਦਾ ਸਿਫਰ 4 ਹੈ ਇਹਦਾ ਦੂਸਰਾ ਸਿਫਰ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿੰਨਾ ਚਲੋ ਭਰ ਦੋ ਇਹਦੇ ਵਿੱਚ ਭਰ ਦਿੰਦੇ ਆ 4 ਤਾਂ 4x2 16 4p 12 0 ਦੇ 16 ਤੇ 12 28 ਆ ਵੀ ਉਧਰ ਜਾ ਕੇ ਮਾਈਨਸ ਦਾ ਹੋ ਜਾਊਗਾ ਤਾਂ p ਆ ਜਿਹੜਾ ਉਹ -28 4 ਮਤਲਬ ਕਿ ਨਾਜੂ 7 ਆਜੂਗਾ ਠੀਕ ਹੈ p ਆ ਜਿਹੜਾ ਉਹ ਨਾਜੂ 7 ਆਜੂ ਤਾਂ ਇਸ ਦਾ ਜਿਹੜਾ ਇੱਕ ਮੂਲ ਹੈ ਉਹ -7 ਹੈ ਇੱਥੇ ਜਿਹੜਾ ਪੀ ਆ ਉਹ ਕੰਨਾ ਸੌਰੀ ਮੂਲ ਨਹੀਂ ਇੱਥੇ ਜਿਹੜਾ ਪੀ ਬਣੂਗਾ ਉਹ ਕੰਨਾ ਬਣ -7x q ਠੀਕ ਹੈ ਤਾਂ ਹੁਣ ਜਿਹੜਾ ਆਪਣਾ q ਹੈ ਉਹ ਆਪਾਂ ਪਤਾ ਕਰਨਾ ਇਹ ਕਹਿੰਦੇ ਵੀ ਇੱਕ ਪਰਫੈਕਟ ਸਕੁਅਰ ਬਣੂਗਾ ਠੀਕ ਹੈ ਮਤਲਬ ਪੂਰਨ ਵਰਗ ਬਣ ਜਾਊਗਾ ਫੇਰ ਹੀ ਇਹਦੇ ਮੂਲ ਬਰਾਬਰ ਹੋਣਗੇ ਨਾ ਜੇ ਇਹ ਪੂਰਨ ਵਰਗ ਬਣੂ ਹੁਣ ਜਿਹੜੀ ਵਿਚਕਾਰ ਰਕਮ ਬਣਦੀ ਹੁੰਦੀ ਆ ਉਹ ਬਣਦੀ ਹੁੰਦੀ ਆ ਵੀ 2ab ਜੇ ਇਹ a b² ਦਾ ਫੁੱਲ ਆਈਡੈਂਟੀਟੀ ਬਣੂਗੀ ਤਾਂ ਜਿਹੜੀ ਵਿਚਕਾਰ ਰਕਮ ਬਣੂਗੀ ਉਹ ਬਣੂਗੀ -2ab ਮਤਲਬ ਜਿਹੜੀ ਪਹਿਲੀ ਰਕਮ ਹੈ ਤੇ ਲਾਸਟ ਵਾਲੀ ਰਕਮ ਉਹ ਕਿਸ ਦਾ ਵਰਗ ਬਣੂਗਾ ਜੇ ਅਸੀਂ ਇਸ ਨੂੰ ਇਸ ਨੂੰ 49/4 ਲੈਣੀ ਹੈ ਕਿਉਂ ਨੂੰ ਤਾਂ ਆਪਣਾ ਮਸਲਾ ਹੱਲ ਹੋ ਜਾਂਦਾ ਹੈ ਠੀਕ ਹੈ ਮਤਲਬ ਜਿਹੜਾ ਆਪਣੇ ਕੋਲੇ a ਇਹਨੂੰ ਆਪਾਂ ਇਹਨੂੰ ਇਸ ਦਾ ਸਕਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ x 7/2 ਦਾ ਸਕਰ ਤਾਂ ਕੈਂ ਬਣੂਗਾ ਇਹ x² 2ab 7/2x 77 49/4 a ਬਣੂ ਐਵੇਂ ਠੀਕ ਹੈ ਤਾਂ ਦੋ ਨਾਲ ਦੋ ਕੈਨਸਲ ਹੋ ਜੂ ਤਾਂ ਮੈਨਸ 7x ਬਾਕੀ ਨਾ x ਦੀ 2 7x ਕਿਉਂ ਕਿਉਗਾ ਜਿਹੜਾ ਉਹ ਸਾਡਾ ਕਿੰਨਾ ਆਊਗਾ 49/ 4 ਆਊਗਾ a ਆਪਸ਼ਨ ਆ ਜੂਗੀ ਅਗੇ 83 ਜੇ ਇਸ ਦੇ ਇਕੁਅਲ ਰੂਟ ਹੋਣਗੇ ਵੀ ਤਾਂ k ਕਿੰਨਾ ਹੋਊਗਾ ਤਾਂ ਇਕੁਅਲ ਰੂਟ ਹੋਣਗੇ ਮਤਲਬ ਕਿ ਇਹ ਡਿਸਕ੍ਰਿਮੀਨੈਂਟ ਬਰਾਬਰ 0 ਹੋਊਗਾ b² b² ਮਤਲਬ 4k ਮਤਲਬ ਕਿੰਨਾ ਬਣ ਜੂਗਾ 16k2 4ac a apne kole 12c apne kole 3 0 ਕਰ ਦਾਂਗੇ 16k2 ਤਾਂ 12 12 144 16k2 144 16 ਬਾਹਰ ਕੱਢ ਲਈਏ ਜਾਂ ਅਸੀਂ ਕਹੀਏ 16 ਨਾਲ ਭਾਗ ਕਰ ਦਿੰਨੇ ਆ k2 ਬਣ ਜੂ 16 ਨਾਲ 144 ਹੁੰਦੇ ਆ ਠੀਕ ਹੈ k2 9 k2 9 ਦੇ ਤਾਂ k ਆ ਜਿਹੜਾ ਉਹ 3 ਹੋ ਸਕਦਾ ਠੀਕ ਹੈ ਤਿੰਨ ਵੀ ਹੋ ਸਕਦਾ 3 3 9 ਹੋਣਗੇ -3 ਵੀ ਹੋ ਸਕਦਾ -3 ਨੂੰ -3 ਨਾਲ ਗੁਣਾ ਕਰਕੇ ਵੀ 9 ਹੀ ਹੋਣਗੇ ਤਾਂ ਪਹਿਲੀ ਆਪਸ਼ਨ ਬਣ ਜੂਗੀ ਜੇਕਰ c 90 ਆ ਤਾਂ sin a b ਕਿੰਨਾ ਹੈ ਹੁਣ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ ਜੇ ਇੱਕ ਕੋਣ 90 ਆ ਤਾਂ ਜਿਹੜੇ ਬਾਕੀ ਦੋ ਬਚ ਗਏ ਉਹਨਾਂ ਦਾ ਜੋੜ ਵੀ 90 ਆ ਤਾਂ ਆਪਾਂ ਮਤਲਬ sin 90 ਕੱਢਣਾ sin 90 ਕਿੰਨਾ ਹੁੰਦਾ 1 ਹੁੰਦਾ ਹੈ ਜੇਕਰ ਪਰਸ਼ਾਵੇਂ ਦੀ ਲੰਬਾਈ ਘਟਦੀ ਜਾਂਦੀ ਹੈ ਤਾਂ ਉਸ ਦਾ ਅਚਾਨਕ ਕੋਣ ਚਲੋ ਆਪਾਂ ਬਣਾ ਕੇ ਵੇਖ ਲੈਨੇ ਆਂ ਵੀ ਇਹ ਕੋਈ ਆਪਣੇ ਕੋਲ ਦਰਖਤ ਹੈ ਪਰਸ਼ਾਵਾਂ ਦਾ ਇੱਥੇ ਸੀ ਠੀਕ ਹੈ ਤਾਂ ਇੱਥੇ ਮੰਨ ਲਓ 20 ਡਿਗਰੀ ਐਂਗਲ ਸੀ ਇੱਥੇ ਬਣੂਗਾ ਵਧੂਗਾ ਇੱਥੇ ਆਜੂਗਾ ਹੋਰ ਐਂਗਲ ਬਾਜੂ ਜੇ ਇੱਥੇ ਆ ਗਿਆ ਹੋਰ ਬਾਜੂ ਤਾਂ ਜਿਵੇਂ ਜਿਵੇਂ ਪਰਸ਼ਾਵਾਂ ਘਟੀ ਜਾਂਦਾ ਉਸ ਦਾ ਜਿਹੜਾ ਉਚਾਨ ਕੋਣ ਹੈ ਉਹ ਇਨਕਰੀਜ਼ ਹੁੰਦਾ ਵੱਧਦਾ ਅੱਗੇ ਵੀ 2n 2n 1 2n 1 2n ਤਾਂ ਇਹਨਾਂ ਦੇ ਵਿੱਚੋਂ ਆਪਾਂ ਜੇ 2n ਬਾਹਰ ਕੱਢ ਲਈਏ ਵੀ ਪਹਿਲੇ ਦੇ ਵਿੱਚੋਂ ਉੱਪਰੋਂ ਤਾਂ ਇੱਥੇ ਬੱਜੂਗਾ 1 ਇਹ ਕੀ ਸੀ 2n 1 ਨੂੰ ਆਪਾਂ ਕਿਵੇਂ ਲਿਖ ਸਕਦੇ ਸੀ 2n ਤੇ 2 ਦੀ ਪਾਵਰ 1 ਤਾਂ 2 ਦੀ ਪਾਵਰ 1 ਵਾਜ ਗਿਆ ਮਤਲਬ 2 ਦੀ ਪਾਵਰ 1 ਮਤਲਬ 1/2 ਠੀਕ ਹੈ ਇਧਰੋਂ ਵੀ ਆਪਾਂ 2 ਦੀ ਪਾਵਰ n ਜੇ ਬਾਹਰ ਕੱਢ ਲਈਏ ਤਾਂ ਇੱਥੇ ਬੱਜੂਗਾ ਕੱਲਾ 2 2n 1 ਨੂੰ ਕਿਵੇਂ ਲਿਖਾਂਗੇ ਤਾਂ n 1 2n+1=2n ਤੇ 2 ਦੀ ਪਾਵਰ 1 ਮਤਲਬ 2 ਦੀ ਪਾਵਰ 1 ਮਤਲਬ 2 ਹੀ ਰਹਿ ਗਿਆ 2n ਬਾਹਰ ਨਿਕਲ ਗਿਆ ਤਾਂ ਮਗਰ ਕੀ ਬਚ ਗਿਆ 1 ਠੀਕ ਹੈ ਤਾਂ ਉਪਰੋਂ ਦੇਖੀਏ 2n 2n ਕੱਟਿਆ ਜਾਊ 1+1/2 2 ਜੋੜ ਕੱਢਾਂਗੇ نیچے ਆ ਜਿਹੜਾ ਉਹ 1 ਹੀ ਬਣ ਜੂ ਉਹਨੂੰ ਲਿਖਣ ਦੀ ਲੋੜ ਨਹੀਂ ਮਤਲਬ ਆਪਣੇ ਕੋਲੇ ਬਣ ਗਿਆ 1+1/2 ਮਤਲਬ 3/2 ਹੱਲ ਕਰ ਲਾਂਗੇ 3/2 ਆ ਜੀ ਬਈ ਡੀ অপਸ਼ਨ ਨੈਕਸਟ ਹੈ sin 2a 2sin a ਕਦੋਂ ਟru ਹੁੰਦਾ ਜਦੋਂ a ਕਿ ਨਾ ਹੋਵੇ 0 ਤਾਂ ਇਹ 0 ਤੇ ਹੀ ਸਹੀ ਹੋ ਸਕਦਾ ਹੈ ਅੱਗੇ ਵੀ ਇਸ ਇਕੁਏਸ਼ਨ ਦੇ ਵਿੱਚੋਂ xy ਦੇ ਕੀ ਨਿਰਦੇਸ਼ਕ ਹੋਣਗੇ ਤਾਂ x y x, y, x 2 ਆ ਜਿਹੜਾ ਉਹ 5 ਹੋਊਗਾ ਤਾਂ x ਜਿਹੜਾ ਉਹ 5 ਚੋਂ 2 ਕੱਢ ਦੋ ਕਿੰਨਾ ਆਊਗਾ 3 ਅੱਗੇ y 2 ਆ ਜਿਹੜਾ ਉਹ ਕਿੰਨਾ ਹੋਊਗਾ 4, 4 2 ਦਰਜਾ ਕੇ ਪਲੱਸ ਦਾ ਹੋ ਜੂ 4 2 ਮਤਲਬ y 6 ਹੋਊਗਾ x 3 ਹੋਊਗਾ 3 6 ਪਹਿਲੀ অপਸ਼ਨ ਆਜੂ ਅੱਗੇ ਵੀ 3a 5b 225 ਤਾਂ ਇਹ ਕਿੰਨਾ ਹੋਊਗਾ 3a ਇਹ ਬਰਾਬਰ ਨਹੀਂ ਹੈ ਇੱਥੇ ਗੁਣਾਤ 3a 5b 225 ਠੀਕ ਹੈ ਤਾਂ 225 ਆ ਜਿਹੜਾ ਉਹ 15 ਦਾ ਵਰਗ ਹੁੰਦਾ ਹੈ ਦੇਖੋ 15 15 225 ਤਾਂ 3 5 15 3 5 15 3 ਦੀ 2 5 ਦੀ 2 ਤਾਂ a ਵੀ ਆਪਣੇ ਕੋਲੇ 2 ਆ ਗਿਆ ਤੇ b ਵੀ ਆਪਣੇ ਕੋਲ 2 ਆ ਗਿਆ ਠੀਕ ਹੈ ਚਲੋ ਇਹ ਹੁਣ ab ਨੂੰ ਆਪਾਂ ਭਾਗ ਕਰਨੀ ਆ ਠੀਕ ਹੈ a b ਨਾ ਉਹਨਾਂ ਦੀ ਗੁਣਾ ਨੂੰ ਉਹਨਾਂ ਦਾ ਜੋੜਨਾ ਭਾਗ ਕਰਨੀ ਆ ਤਾਂ 2 2 4 ਇਹਨਾਂ ਦੀ ਗੁਣਾ ਹੋ ਗਈ 2 2 4 ਇਹਨਾਂ ਦੀ ਉਹ ਹੋ ਗਈ ਜੋੜ ਹੋ ਗਿਆ ਤਾਂ ਉੱਤਰ ਕਿੰਨਾ ਆਊਗਾ ਆਪਣਾ 1 ਆ ਜੂ ਪਹਿਲੀ ਆਪਸ਼ਨ ਆ ਜੂਗੀ ਅੱਗੇ ਵੀ ਇੱਕ ਬਿੰਦੂ p ਦੀ ਉਸ ਦੇ ਚੱਕਰ ਦੇ ਕੇਂਦਰ ਤੋਂ ਦੂਰੀ ਜਿਹੜੀ ਉਹ 25 ਸੈਂਟੀਮੀਟਰ ਹੈ ਕੇਂਦਰ ਤੋਂ ਜਿਹੜੀ ਦੂਰੀ ਹੈ ਉਹ 25 ਸੈਂਟੀਮੀਟਰ ਹੈ ਉਸ ਦੇ ਆਧਾਰ ਦਾ ਅਰਧ ਵਿਆਸ 7 ਹੈ ਤਾਂ ਉਸ ਦੀ ਜਿਹੜੀ ਸਪਰਸ਼ ਰੇਖਾ ਹੋਊਗੀ ਇੱਥੋਂ ਉਹਦੀ ਲੰਬਾਈ ਦੱਸਣੀ ਆਪਾਂ ਤਾਂ ਇਹ ਸਿੰਪਲ ਹੀ ਹੈ A O P ਆਪਾਂ AP ਕੱਢਣਾ ਵੀ ਆਪਾਂ ਮੰਨ ਲੀਏ ਵਿਧਾਰ ਕੱਢਣਾ ਪਾਈਥਾਗੋਰਸ ਥਿਊਰਮ ਲਾ ਦਾਂਗੇ ਤਾਂ 25 ਦੇ ਵਰਗ ਦੇ ਵਿੱਚੋਂ 7 ਦਾ ਵਰਗ ਮਾਈਨਸ ਹੋ ਜਾਊਗਾ 25 ਦਾ ਵਰਗ ਮਾਈਨਸ 7 ਦਾ ਵਰਗ ਵਰਗਮੂਲ 25 ਦਾ ਵਰਗ 625 7 ਦਾ ਵਰਗ 49 625 ਦੇ ਵਿੱਚੋਂ ਆਪਾਂ ਬੇਟਾ 49 ਘਟਾ ਦਈਏ ਤਾਂ ਆਪਣੇ ਕੋਲੇ ਬਣ ਜੂਗਾ 576 576 ਕਿਹਦਾ ਵਰਗ ਹੈ 24 ਦਾ ਠੀਕ ਹੈ ਤਾਂ ਉਹਦੀ ਸਰਫਸ ਪਰ ਸ੍ਰੇਖਾ ਜਿਹੜੀ ਐਕਸ ਲਈ ਹੈ ਉਹ ਕਿੰਨੀ ਹੋਊਗੀ 24 ਸੈਂਟੀਮੀਟਰ ਹੋਊਗੀ ਠੀਕ ਹੈ ਬੇਟਾ ਤਾਂ ਇਹ ਕੁਐਸਚਨ ਸੀਗੇ ਬੀ ਕੁਐਸਚਨ ਸੀ ਮੈਥਮੈਟਿਕਸ ਪਾਰਟ ਦੇ ਤਾਂ ਥੋੜੇ ਜਿਹਾ ਟੈਕਨੀਕਲ ਸੀ ਪਰ ਈਜ਼ੀ ਸੀ ਠੀਕ ਹੈ ਜੇ ਤੁਹਾਨੂੰ ਕਨਸੈਪਟ ਕਲੀਅਰ ਤਾਂ ਏਡੀ ਗੱਲਬਾਤ ਇਹਨਾਂ ਵਿੱਚ ਨਹੀਂ ਹੈ ਚਲੋ ਬੇਟਾ ਥੈਂਕ ਯੂ